ਤੁਹਾਡੀ ਜਿਹੜੀ ਗੀਤਕਾਰੀ ਹੈਗੀ ਹੈ, ਕਲਮ ਹੈ, ਉਹਦੇ ਵਿੱਚੋਂ ਉਰਦੂ ਦੀ ਝਲਕ ਵੀ ਪੈਂਦੀ ਹੈ, ਸੋ ਇਸ ਕਰਕੇ ਇੱਕ ਮੈਂ ਕਰਦਾ ਰਹਿੰਦਾ। ਮੈਨੂੰ ਵੈਸੇ ਸ਼ੌਕ ਆ, ਹੁਣ ਤਾਂ ਇੰਟਰਨੈਟ ਬਹੁਤ ਵਧੀਆ ਹੋ ਗਿਆ, ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋ ਗਿਆ। ਇਹ ਕੁਛ ਮੈਂ ਅਰਬੀ ਵਰਡਾਂ 'ਤੇ ਵੀ ਵਰਕ ਕਰ ਲੈਂਦਾ। ਇੱਕ ਗਾਣੇ ਦਾ ਮੈਂ ਆਈਡੀਆ ਬਣਾ ਰਿਹਾ ਸੀ, ਜਿਹੜੇ ਮੈਂ 25 ਜਾਂ 30 ਲੈਂਗੁਏਜ 'ਚ ਉਹਦੀ ਲਾਈਨਾਂ ਨੂੰ ਮੈਂ ਗਾਵਾਂ, ਤਾਂ ਮੈਂ ਉਹਦੇ ਲਈ ਰਿਸਰਚ ਕਰ ਰਿਹਾ ਸੀ ਕਿ ਮੈਨੂੰ ਅੱਛੇ ਵਰਡਸ ਮਿਲ ਜਾਣ। ਠੀਕ ਹੈ ਜੀ, ਅੱਧਾ ਕੁ ਬਣਾਇਆ, ਮੈਂ ਅੱਧਾ ਕੁ ਬਣ ਜੂਗਾ। ਇੱਕ ਗੱਲ ਮਾਨ ਸਾਹਿਬ, ਜਿਹੜੀ ਸਾਰੀ ਕਹਿ ਲਈਏ ਕਿ ਜਦੋਂ ਚਾਰ ਦੋਸਤ ਇਕੱਠੇ ਹੁੰਦੇ ਆ ਜਾਂ ਕੋਈ ਗਰੁੱਪ ਦੇ ਵਿੱਚ ਬੈਠ ਕੇ ਗੱਲ ਚੱਲਦੀ ਬੱਬੂ ਮਾਨ ਦੀ, ਇੱਕ ਗੱਲ ਆਉਂਦੀ ਹੈ ਬੱਬੂ ਮਾਨ ਨੇ ਉਰਦੂ ਦੀ ਐਮ ਏ ਕੀਤੀ ਹੋਈ ਹੈ, ਉਹਦੇ ਬਾਰੇ? ਐਮ ਏ ਨਹੀਂ ਕਹਿ ਸਕਦੇ ਉਹਨੂੰ, ਵੈਸੇ ਉਹਨੂੰ ਕਹਿ ਦਿੰਦੇ ਐਮ ਏ। ਓਕੇ, ਇਹ 3 ਸਾਲ ਦੀ ਕੋਰਸ ਹੈ, ਕੋਈ ਵੀ ਕਰ ਸਕਦਾ। ਤੁਸੀਂ ਪੰਜਾਬ ਯੂਨੀਵਰਸਿਟੀ ਜਾਓਗੇ ਨਾ, ਉਹਨੂੰ ਦਰਜ਼ਾ ਉਹ ਦੇ ਦਿੰਦੇ ਹਾਂ, ਕਿਉਂਕਿ ਖੁਸ਼ ਕਰਨ ਲਈ। ਠੀਕ ਹੈ, ਬੇਸਿਕਲੀ ਐਮ ਏ ਨਹੀਂ ਹੁੰਦੀ, ਇੱਕ ਪਹਿਲਾਂ ਸਰਟੀਫਿਕੇਟ ਕੋਰਸ ਕਰਾਉਂਦੇ ਹਾਂ, ਉਹ 1.5 ਸਾਲ ਦਾ। ਠੀਕ ਹੈ, ਉਹ ਤੋਂ ਬਾਅਦ ਫਿਰ ਉਹ 2-3 ਸਾਲ 'ਚ ਬਾਅਦ ਤੁਹਾਨੂੰ ਇੱਕ ਡਿਗਰੀ ਮੁਹੱਈਆ ਕਰਾ ਦਿੰਦੇ ਹਾਂ, ਜਿਹਨੂੰ ਅਸੀਂ ਐਮ ਏ ਉਰਦੂ ਕਹਿ ਦਿੰਦੇ ਹਾਂ। ਉਰਦੂ ਆ ਵੀ ਜਾਂਦੀ ਹੈ ਲਿਪੀ ਤੁਹਾਨੂੰ, ਤੁਸੀਂ ਪੜ੍ਹ ਵੀ ਲੈਂਦੇ ਹੋ, ਬਟ ਉਰਦੂ 'ਚ ਇੱਕੋ ਪ੍ਰੋਬਲਮ ਹੁੰਦੀ ਹੈ, ਉਰਦੂ 'ਚ ਥੋੜ੍ਹੇ ਜਿਹੇ ਜਿਹੜੇ ਨੁਕਤੇ ਅਲੱਗ ਅਲੱਗ ਹੁੰਦੇ ਆ, ਇਹ ਜੱਜੇ 2-3 ਤਰ੍ਹਾਂ ਦੇ ਆ, ਤੱਤੇ 2 ਆ, ਤੁਹਾਨੂੰ ਇਹ ਨਹੀਂ ਪਤਾ ਕਿਹੜਾ ਕਿੱਥੇ ਪਾਉਣਾ, ਉਹਦੇ ਲਈ ਤੁਹਾਨੂੰ ਬਹੁਤ ਥੋਰੋ ਰੀਡਿੰਗ ਕਰਨੀ ਪੈਂਦੀ ਹੈ। ਠੀਕ ਹੈ, ਸੋ ਇਸ ਕਰਕੇ ਉਹ ਕੋਈ ਐਡਾ ਬੜਾ ਕੰਮ ਨਹੀਂ, ਕੋਈ ਬਹੁਤ ਮਹਾਨ ਕੰਮ ਨਹੀਂ, ਉੱਦਾਂ ਲੱਗਦਾ ਤੁਹਾਨੂੰ, ਬਟ ਉਹ 2-3 ਸਾਲ ਦੇ ਪ੍ਰੋਜੈਕਟ ਹੈ। ਪਰ ਤੁਸੀਂ ਜਾਓਗੇ ਨਾ ਚੰਡੀਗੜ੍ਹ, ਤੁਸੀਂ ਐਡਮਿਸ਼ਨ ਲੈ ਲਓ, 1 ਸਾਲ ਸਰਟੀਫਿਕੇਟ ਕੋਰਸ, ਈਵਨਿੰਗ ਕਲਾਸਿਸ ਲੱਗਦੀਆਂ, ਅਤੇ ਫਿਰ ਤੁਹਾਨੂੰ ਰੈਗੂਲਰ ਕਰ ਲੈਂਦੇ 2 ਸਾਲ। ਹੁਣ ਤਾਂ 12-13 ਇਕੱਠੇ ਹੀ ਕੱਢਿਆ ਮੈਂ, ਹੁਣ ਤੁਸੀਂ ਸੁਣਿਆ ਨਹੀਂ ਤੁਸੀਂ ਮੇਰੀ ਦੇਰ ਬਾਅਦ? ਨਹੀਂ, ਹੁਣ ਤਾਂ 14-12-13 ਸੁਣੋ ਤੁਸੀਂ ਨਾ, ਇੱਕ ਸੀ ਪਾਗਲ ਕੈਸੇਟ ਅਸੀਂ ਤੁਹਾਡੇ ਚੈਨਲਾਂ ਦੀ ਐਡ ਹੋ ਗਈ ਮਹਿੰਗੀ ਭਾਈ ਵੀਰ, ਅਤੇ ਇਸ ਕਰਕੇ ਇੰਨੇ ਪ੍ਰੋਮੋ ਸਾਤੇ ਨਹੀਂ ਦੇ ਹੁੰਦੇ, ਕਿਉਂਕਿ ਮੇਰਾ ਜਿਹੜਾ ਗਾਉਣ ਦਾ ਸਕੈਜੂਲ ਹੈ ਇਹ ਆਹੀ 3-4 ਮਹੀਨੇ ਗਾਉਣਾ ਮੈਂ, ਉਦੋਂ ਬਾਅਦ ਮੈਂ ਖਾਸਾ ਹੀ ਵਿਹਲਾ ਰਹਿਣਾ ਚਾਹੁੰਦਾ। ਠੀਕ ਹੈ, ਤੋ ਇਸ ਕਰਕੇ ਤੁਹਾਡੀ ਐਡ ਹੁਣ ਜਿਵੇਂ ਤੁਹਾਡੇ ਇੱਥੇ ਚੈਨਲ 4 ਹੋ ਗਏ ਮੰਨ ਲਓ, ਫਿਰ ਉਹਨਾਂ ਨੂੰ ਪ੍ਰੋਮੋ ਦੇਵਾਂਗੇ, ਅਤੇ ਪ੍ਰੋਮੋ ਦੀ ਕੋਸਟ ਬਹੁਤ ਹੈ, ਫਿਰ ਇੱਦਾਂ ਹੀ ਕੈਨੇਡਾ, ਫਿਰ ਅਮਰੀਕਾ, ਇੱਦਾਂ ਹੀ ਫਿਰ ਇੰਡੀਆ, ਕਿਉਂਕਿ ਅੱਗੇ ਹੁੰਦਾ ਸੀ ਇੱਕ ਚੈਨਲ ਹੁੰਦਾ ਸੀ ਸਾਰੀ ਘੁੰਮ ਜਾਂਦੀ ਸੀ, ਬਟ ਹੁਣ ਅਲੱਗ ਅਲੱਗ ਹੋ ਗਏ ਜੀ। ਇਸ ਕਰਕੇ ਤੁਸੀਂ ਇੰਟਰਨੈਟ 'ਤੇ ਯੂਟਿਊਬ 'ਤੇ ਜਾਓ, ਤੁਹਾਡੇ ਲਈ ਫ੍ਰੀ ਗਾਣਾ ਅਵੇਲੇਬਲ ਹੈ, ਕੋਈ ਪੈਸਾ ਨਹੀਂ ਲੱਗਣਾ ਤੁਹਾਡਾ, ਤੁਸੀਂ ਜ਼ਰੂਰ ਸੁਣੋ 10-12 ਗਾਣੇ, ਮੈਨੂੰ ਲੱਗਦਾ ਕਿ ਤੁਹਾਨੂੰ ਤੁਹਾਡੇ ਕੰਮ ਦੇ ਗਾਣੇ ਕੁਛ ਮਿਲ ਜਾਣਗੇ ਜੀ, ਜਿਹੜੇ ਬਹੁਤ ਸੰਜੀਦਗੀ ਨਾਲ ਲਿਖੇ ਹੈ। ਠੀਕ ਹੈ ਜੀ, ਜ਼ਿੰਦਗੀ ਦੀ ਗੱਲ ਆਈ ਹੈ, ਕਿਵੇਂ ਦੀ ਜ਼ਿੰਦਗੀ ਤੁਸੀਂ ਗੁਜ਼ਾਰਨਾ ਪਸੰਦ ਕਰਦੇ ਹੋ ਫ੍ਰੀ ਟਾਈਮ ਦੇ ਵਿੱਚ? ਜ਼ਿਆਦਾਤਰ ਤਾਂ ਤੁਸੀਂ ਬਿਜ਼ੀ ਹੁੰਦੇ ਹੋਣੇ। ਮੈਂ ਹੁਣ 2 ਸਾਲ ਤੋਂ ਖਾਸਾ ਕੰਮ ਕਰਿਆ। ਅੱਛਾ, ਕਿਉਂਕਿ ਅਸੀਂ ਗਾਣਿਆਂ ਦਾ ਨਾ ਇਹਦੀ ਲਾਈਨ ਲਾਉਣੀ ਸੀ, ਹੁਣ ਜਿੱਦਾਂ 10-12 ਕਰੇ, ਫਿਰ ਹੁਣ ਫਿਲਮ ਦੇ 5-6 ਗਾਣੇ ਹੋ ਗਏ, ਫਿਰ 10-15 ਗਾਣੇ ਹੋਰ ਸੈੱਟ ਕਰੇ ਹੋਏ ਆ, ਤਾਂ ਮੈਂ ਕਿਉਂਕਿ ਮੈਨੂੰ ਅਲੱਗ ਅਲੱਗ ਸ਼ੌਕ ਹੈ, ਇਹ ਮਿਊਜ਼ਿਕ ਤੋਂ ਪਰੇ, ਲਿਖਣ ਤੋਂ ਪਰੇ, ਮੇਰਾ ਇੱਕ ਸ਼ੌਕ ਸੀ ਟੈਕਨੀਸ਼ੀਅਨ ਬਣਨ ਦਾ, ਜਿਹੜਾ ਪਹਿਲੀ ਉਮਰੇ ਨਹੀਂ ਬਣ ਸਕਿਆ, ਕਿਉਂਕਿ ਅਸੀਂ ਪਿੰਡਾਂ ਵਾਲੇ ਸੀ, ਅਸੀਂ ਜਦੋਂ ਬਾਜਾ ਲਿਆਉਂਦੇ ਸੀ ਤਾਂ ਘਰ ਦੇ ਜਾ ਕੇ ਮੋਟਰ 'ਤੇ ਭੇਜ ਦਿੰਦੇ ਸੀ, ਤਾਂ ਸਾਨੂੰ ਸਾਡੀ ਫੈਮਿਲੀ ਨੇ ਉਸ ਤਰ੍ਹਾਂ ਟਿਊਸ਼ਨਾਂ ਨਹੀਂ ਪੜ੍ਹਾਈਆਂ ਜਿੱਦਾਂ ਇੱਕ ਸ਼ਹਿਰੀ ਬੱਚੇ ਨੂੰ ਪੜ੍ਹਾਈ ਜਾਂਦੀ ਹੈ, ਤਾਂ ਸਾਨੂੰ ਤਾਂ ਜੇ ਅਸੀਂ ਕਹਿੰਦੇ ਸਾਡੀ ਵੀ ਟਿਊਸ਼ਨ ਰੱਖਦੇ, ਉਹ ਕਹਿੰਦੇ ਕਮਲਾ ਤੂੰ ਨਹੀਂ ਤਾਂ 10 ਪੜ੍ਹ ਕੇ ਤਾਂ ਖੇਤੀ ਕਰ ਲਈ, ਹੈ ਨਾ, ਸੋ ਬਹੁਤ ਚੀਜ਼ਾਂ ਤੋਂ ਅਸੀਂ ਰਹਿ ਗਏ ਸੀ ਮਹਿਰੂਮ, ਬਟ ਹੁਣ ਮੈਨੂੰ ਬੜਾ ਸ਼ੌਕ ਹੈ ਮਾਸਟਰਿੰਗ ਮਿਕਸਿੰਗ, ਮੈਂ ਇਹ ਵੀ ਸਿੱਖਾਂ ਜੀ, ਤਾਂ ਕਿ ਗਾਣਾ ਸਵੇਰੇ ਅੰਦਰ ਬੈਠਾ ਸਟੂਡੀਓ 'ਤੇ ਸ਼ਾਮ ਨੂੰ ਫਾਈਨਲ ਹੋ ਕੇ ਨਿਕਲ ਆਵੇ ਜੀ, ਨਾ ਕਿ ਮੈਨੂੰ ਲੱਭਣਾ ਪਵੇ ਵੀ ਤੂੰ ਕਰੀ ਆਹ ਕੰਮ, ਹੈ ਨਾ, ਬਿਲਕੁਲ, ਜਾਂ ਪਿਛਲੇ 5-7 ਸਾਲ ਤੋਂ ਇਹ ਸਾਰਾ ਜਿਹੜਾ ਟੈਕਨੀਕਲ ਕੰਮ ਹੈ ਇਹ ਵੀ ਮੈਂ ਆਪ ਹੀ ਕਰਦਾ। ਠੀਕ ਹੈ, ਸੋ ਇਸ ਕਰਕੇ ਮੈਂ ਇਸ ਕੰਮ 'ਚ ਵੀ ਬਿਜ਼ੀ ਰਹਿੰਦਾ, ਕਿ ਜ਼ਰੂਰੀ ਨਹੀਂ ਕਿ ਮੈਂ, ਕਿਉਂਕਿ ਜਿੰਨੇ ਕੁ ਮੈਂ ਸ਼ੋਅ ਕਰਦਾ ਮੇਰੀਆਂ ਲੋੜਾਂ ਪੂਰੀਆਂ ਕਰਦੇ ਹਾਂ ਜੀ, ਅਤੇ ਇਹ ਤੋਂ ਬਾਅਦ ਮੈਂ ਬਹੁਤਾ ਵਕਤ ਹੁਣ ਸਟੂਡੀਓ 'ਚ ਗੁਜ਼ਾਰਦਾ, ਜਾਂ ਮੈਂ ਪਿੰਡ ਚਲੇ ਜਾਂਦਾ ਜਿੱਥੇ ਅਸੀਂ ਉਹ ਕੁਛ ਸ਼ੈੱਡ ਸ਼ੁੱਡ ਜਿਹਾ ਬਣਾਇਆ, ਫਿਊਚਰ 'ਚ ਕੁਛ ਫਿਲਮਾਂ ਕਰਾਂਗੇ ਉੱਥੇ। ਠੀਕ ਹੈ।